ਇਹ ਬੜਾ ਤਕੜਾ ਉੱਦਮ ਹੈ ਸੰਸਥਾਵਾਂ ਦਾ, ਜਦੋਂ ਕਿਸੇ ਲੇਖਕ ਦੀ ਕੋਈ ਵੀ ਕਿਤਾਬ ਰਿਲੀਜ਼ ਹੁੰਦੀ ਹੈ। ਕਲਮਾਂ ਦਾ ਕਾਫਲਾ ਜਿਹੜਾ ਬਹੁਤ ਪੁਰਾਣੀ ਸੰਸਥਾ ਹੈ, 1992 ਦਾ ਬਣਿਆ ਹੋਇਆ, ਲਗਾਤਾਰ ਚੱਲ ਰਿਹਾ। ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਉਹਨਾਂ ਦੀਆਂ ਕਵਿਤਾਵਾਂ, ਉਹਨਾਂ ਦੇ ਜੀਵਨ ਬਾਰੇ ਸਭ ਤੋਂ ਪਹਿਲਾਂ ਗੱਲਬਾਤ ਹੋਈ, ਇੱਕ ਮਿੰਟ ਦਾ ਮੌਨ ਵਰਤ ਵੀ ਰੱਖਿਆ ਗਿਆ। ਅਤੇ ਲੋਕ ਸਾਹਿਤ ਪੜ੍ਹ ਕੇ ਪੰਜਾਬੀ ਭਾਸ਼ਾ ਨਾਲ ਜੁੜਨਗੇ, ਆਪਣੇ ਵਿਰਸੇ ਨਾਲ ਜੁੜਨਗੇ। ਅਤੇ ਹਰ ਵਾਰੀ ਨਵੇਂ ਕੋਆਰਡੀਨੇਟਰਸ ਬਣਦੇ ਨੇ ਔਰ ਇਹਨੂੰ ਪੂਰਨ ਰੂਪ 'ਤੇ ਪੰਜਾਬੀ ਭਾਸ਼ਾ ਦੇ ਸੰਚਾਰ ਅਤੇ ਪ੍ਰਚਾਰ ਲਈ ਇਹਨੂੰ ਚਲਾਉਂਦੇ ਨੇ। ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਤੇ ਪੰਜਾਬੀ ਰਾਈਟਰਸ ਐਸੋਸੀਏਸ਼ਨ ਆਫ ਟੋਰਾਂਟੋ ਦੇ ਵੱਲੋਂ ਇਸ ਮਹੀਨੇ ਦੀ ਮੀਟਿੰਗ ਕਰਵਾਈ ਗਈ। ਇਸ ਮੌਕੇ ਤੇ ਸਾਰੇ ਮੈਂਬਰ ਸਹਿਬਾਨ ਵੀ ਮੌਜੂਦ ਸਨ ਅਤੇ ਸਰੋਤੇ ਵੀ ਪਹੁੰਚੇ ਹੋਏ ਸਨ। ਮਹਿਮਾਨਾਂ ਵਾਸਤੇ ਚਾਹ ਨਾਸ਼ਤੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਤੇ ਸਵਰਗੀ ਡਾਕਟਰ ਮੋਹਨਜੀਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਫਿਰ ਉਸ ਤੋਂ ਬਾਅਦ ਲੇਖਕ ਮਲਵਿੰਦਰ ਦੀ ਨਵੀਂ ਕਿਤਾਬ ਚੁੱਪ ਦਾ ਮਰਮ ਪਛਾਣੀਏ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਫਿਰ ਕੁਝ ਸਮੇਂ ਬਾਅਦ ਆਏ ਹੋਏ ਸਰੋਤਿਆਂ ਦੇ ਸਨਮੁਖ ਕਵਿਤਾਵਾਂ ਅਤੇ ਗਜ਼ਲਾਂ ਵੀ ਪੇਸ਼ ਕੀਤੀਆਂ ਗਈਆਂ। ਆਏ ਹੋਏ ਮਹਿਮਾਨਾਂ ਨੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਅਤੇ ਮੈਂਬਰਾਂ ਦਾ ਕੀ ਕਹਿਣਾ ਸੀ ਤੁਹਾਨੂੰ ਸੁਣਾਉਂਦੇ ਹਾਂ। ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਪੰਜਾਬੀ ਕਲਮਾਂ ਦਾ ਕਾਫਲਾ ਦੀ ਜੋ ਮਾਸਿਕ ਸਾਡੀ ਮੀਟਿੰਗ ਹੁੰਦੀ ਹੈ, ਬੈਠਕ ਹੁੰਦੀ ਹੈ, ਅਸੀਂ ਇੱਥੇ ਲਾਇਬ੍ਰੇਰੀ ਦੇ ਵਿੱਚ ਸ਼ਾਮਲ ਹਾਂ। ਅੱਜ ਦੀ ਇਸ ਬੈਠਕ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ। ਸਭ ਤੋਂ ਪਹਿਲਾਂ ਤਾਂ ਭਾਰਤ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਸ਼ਾਇਰ ਡਾਕਟਰ ਮੋਹਨਜੀਤ ਹੋਣਾ ਦਾ ਪਿਛਲੇ ਹਫ਼ਤੇ ਜੋ ਸਵਰਗਵਾਸ ਹੋ ਗਿਆ ਸੀ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਹਨਾਂ ਦੀਆਂ ਕਵਿਤਾਵਾਂ, ਉਹਨਾਂ ਦੇ ਜੀਵਨ ਬਾਰੇ ਸਭ ਤੋਂ ਪਹਿਲਾਂ ਗੱਲਬਾਤ ਹੋਈ, ਇੱਕ ਮਿੰਟ ਦਾ ਮੌਨ ਵਰਤ ਵੀ ਰੱਖਿਆ ਗਿਆ। ਉਸ ਤੋਂ ਬਾਅਦ ਮਲਵਿੰਦਰ ਸਾਡੇ ਇੱਥੇ ਇੱਕ ਵਧੀਆ ਸ਼ਾਇਰ ਅਤੇ ਲੇਖਕ ਹਨ। ਉਹਨਾਂ ਦੀ ਪੁਸਤਕ ਚੁੱਪ ਦਾ ਮਰਮ ਪਛਾਣੀਏ ਵਾਰਤਕ ਪੁਸਤਕ ਹੈ, ਜਿਸ ਦੇ ਉੱਤੇ ਅੱਜ ਸਮੀਖਿਆ ਹੋਈ, ਗੱਲਬਾਤ ਹੋਈ, ਜਿਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਵਧੀਆ ਲੇਖਕਾਂ ਨੇ ਬੋਲਿਆ, ਜਿਹਦੇ ਵਿੱਚ ਸ਼ਮੀਲ ਜਸਵੀਰ, ਪਰਮਜੀਤ ਕੌਰ ਜੀ ਦਿਓਲ, ਗੁਰਦੇਵ ਚੌਹਾਨ ਔਰ ਮੈਂ, ਪਿਆਰਾ ਸਿੰਘ ਕੁੱਦੋਵਾਲ, ਇਸੇ ਤਰ੍ਹਾਂ ਹੀ ਪਾਂਧੀ ਸਾਹਿਬ ਔਰ ਹੋਰ ਦੋਸਤਾਂ ਨੇ ਇਹਦੇ ਵਿੱਚ ਸ਼ਾਮਿਲ ਜਿਹੜੀ ਉਹ ਸ਼ਿਰਕਤ ਕੀਤੀ ਔਰ ਇਸ ਕਿਤਾਬ ਦੇ ਬਾਰੇ ਵਧੀਆ ਗੱਲਾਂ ਬਾਤਾਂ ਕੀਤੀਆਂ। ਇਸ ਤੋਂ ਬਾਅਦ ਅੱਜ ਜੋ ਇਸ ਤੋਂ ਬਾਅਦ ਇੱਕ ਕਵੀ ਦਰਬਾਰ ਹੋਣਾ, ਜਿਹਦੇ ਵਿੱਚ ਸਾਡੇ ਸ਼ਾਮਿਲ ਕਵੀ ਜਿਹੜੇ ਆ ਆਪਣੀਆਂ ਆਪਣੀਆਂ ਮੁਕਤਸਰ ਕਿਤਾਬਾਂ ਜਿਹੜੀਆਂ ਉਹ ਸਾਂਝੀਆਂ ਕਰਨਗੇ। ਤੋ ਇਸ ਤਰੀਕੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੋ ਕਲਮਾਂ ਦਾ ਕਾਫਲਾ ਵੱਲੋਂ ਹਰ ਮਹੀਨੇ ਕਰਵਾਇਆ ਜਾਂਦਾ ਹੈ ਔਰ ਇਸ ਮਹੀਨੇ ਤੋਂ ਦਾਸ ਜਾਣੀ ਕਿ ਪਹਿਲਾ ਸਿੰਘ ਕੁੱਦੋਵਾਲ ਵੀ ਉਸਦਾ ਕੋਆਰਡੀਨੇਟਰ ਹੈ। ਤੋ ਸਾਡੇ ਕੋਲ ਲੋਕਲ ਬਹੁਤ ਸਾਰੇ ਔਰ ਦੇਸ਼ ਵਿਦੇਸ਼ ਤੋਂ ਵੀ ਔਰ ਇਸੇ ਤਰ੍ਹਾਂ ਹੀ ਚੜ੍ਹਦੇ ਲੈਂਦੇ ਪੰਜਾਬ ਦੇ ਕਵੀ ਸ਼ਾਇਰ ਲੇਖਕ ਸ਼ਾਮਿਲ ਹੁੰਦੇ ਆ ਔਰ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਆ ਕੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਔਰ ਇਸ ਨੂੰ ਬਹੁਤ ਪਿਆਰ ਦੇ ਨਾਲ ਸੁਣਿਆ। ਥੈਂਕ ਯੂ, ਮਿਹਰਬਾਨੀ, ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੈਂ ਚੈਨਲ ਪੰਜਾਬੀ ਦਾ ਧੰਨਵਾਦ ਕਰਦੀ ਹਾਂ, ਉਹ ਸਾਡੇ ਪ੍ਰੋਗਰਾਮ 'ਚ ਆਏ ਨੇ ਅਤੇ ਸਾਡੇ ਪ੍ਰੋਗਰਾਮ ਨੂੰ ਦਰਸ਼ਕਾਂ ਤੱਕ ਲੈ ਕੇ ਜਾਣ ਵਿੱਚ ਸਾਡੀ ਮਦਦ ਕੀਤੀ ਹੈ। ਅਤੇ ਸਾਡਾ ਜਿਵੇਂ ਕਿ ਹਰ ਮਹੀਨੇ ਦੇ ਲਾਸਟ ਸੈਟਰਡੇ ਨੂੰ, ਸ਼ਨੀਵਾਰ ਨੂੰ ਅਸੀਂ ਪੰਜਾਬੀ ਕਲਮਾਂ ਦੇ ਕਾਫਲੇ ਦਾ ਪ੍ਰੋਗਰਾਮ ਕਰਦੇ ਹਾਂ, ਜਿਹਦੇ ਵਿੱਚ ਚੰਗੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪੇਸ਼ ਕੀਤਾ ਜਾਂਦਾ, ਉਹਨਾਂ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਔਰ ਕਿਸੇ ਵੀ ਸਾਹਿਤਕਾਰ ਦਾ ਜਾਂ ਪੰਜਾਬੀ ਸਾਹਿਤ ਦੇ ਵਿੱਚ ਜਿੰਨੜੇ ਵੱਡੇ ਕਹਾਣੀਕਾਰ, ਲੇਖਕ ਔਰ ਕਵੀ ਹੋਏ ਆ ਉਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈ। 3 ਸੈਸ਼ਨ ਹੁੰਦੇ ਨੇ ਉਹਦੇ, 2 ਸਾਲ ਤੋਂ ਅਸੀਂ ਇਹਦੀ ਸੇਵਾ ਨਿਭਾ ਰਹੇ, ਪਹਿਲਾਂ ਨਿਭਾ ਰਹੀ ਸੀ, ਪਰ ਇਹ ਕਲਮਾਂ ਦਾ ਕਾਫਲਾ ਜਿਹੜਾ ਬਹੁਤ ਪੁਰਾਣੀ ਸੰਸਥਾ ਹੈ,
1992 ਦਾ ਬਣਿਆ ਹੋਇਆ, ਲਗਾਤਾਰ ਚੱਲ ਰਿਹਾ ਅਤੇ ਹਰ ਵਾਰੀ ਨਵੇਂ ਕੋਆਰਡੀਨੇਟਰਸ ਬਣਦੇ ਨੇ ਔਰ ਇਹਨੂੰ ਪੂਰਨ ਰੂਪ 'ਤੇ ਪੰਜਾਬੀ ਭਾਸ਼ਾ ਦੇ ਸੰਚਾਰ ਅਤੇ ਪ੍ਰਚਾਰ ਲਈ ਇਹਨੂੰ ਚਲਾਉਂਦੇ ਨੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਡਾਕਟਰ ਮੋਹਨਜੀਤ ਨੂੰ ਯਾਦ ਕੀਤਾ ਜਾ ਰਿਹਾ, ਜਿਹੜੇ ਬੜੇ ਵਧੀਆ ਕਵੀ ਹੋਏ ਨੇ ਪੰਜਾਬੀ ਸਾਹਿਤ 'ਚ, ਉਹਨਾਂ ਦਾ ਕਾਫੀ ਨਾਮ ਹੈ। ਅਤੇ ਉਹਨਾਂ ਦੇ ਬਾਅਦ ਇੱਕ ਹੋਰ ਕਵੀ ਸਾਡੇ ਇੱਥੋਂ ਦੇ ਬਰੈਂਪਟਨ ਦੇ ਮਲਵਿੰਦਰ ਸਿੰਘ, ਪਹਿਲਾਂ ਉਹਨਾਂ ਦੇ ਕਵਿਤਾਵਾਂ ਦੀਆਂ 6 ਕਿਤਾਬਾਂ ਨੇ ਅਤੇ ਅੱਜ ਉਹਨਾਂ ਦੀ ਇੱਕ ਕਿਤਾਬ ਜਿਹੜੀ ਵਾਰਤਕ ਦੀ ਉੱਤੇ ਗੱਲਬਾਤ ਹੋ ਰਹੀ ਹੈ। ਤਾਂ ਅਸੀਂ ਸਾਰੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਖੁਸ਼ੀ ਹੋਈ। ਸਤਿ ਸ਼੍ਰੀ ਅਕਾਲ। ਮੈਂ ਜਸਪਾਲ ਸੂਬੀ, ਅੱਜ ਕਲਮਾਂ ਦਾ ਕਾਫਲਾ ਸੰਸਥਾ ਵੱਲੋਂ ਸਾਡੇ ਇੱਕ ਬਹੁਤ ਹੀ ਪਿਆਰੇ ਸ਼ਾਇਰ ਬਲਵਿੰਦਰ ਦੀ ਪਹਿਲੀ ਵਾਰਤਕ ਦੀ ਕਿਤਾਬ ਚੁੱਪਦਾ ਮਰਮ ਪਛਾਣੀਏ ਬਾਰੇ ਵਿਚਾਰ ਚਰਚਾ 'ਚ ਅੱਜ ਅਸੀਂ ਸਾਰੇ ਸ਼ਾਮਲ ਹੋਏ ਹਾਂ, ਜਿਹਦੇ ਵਿੱਚ ਕਿ ਸਾਡੇ ਬਹੁਤ ਵਧੀਆ ਆਲੋਚਕ ਪਰਮਜੀਤ ਦਿਓਲ, ਗੁਰਦੇਵ ਚੌਹਾਨ ਅਤੇ ਡਾਕਟਰ ਸ਼ਮੀਲ, ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਅਖੀਰ ਵਿੱਚ ਪੈਰਾ ਸਿੰਘ ਕੁਦੋਵਾਲ ਅਤੇ ਪਾਂਧੀ ਸਾਹਿਬ ਨੇ ਵੀ ਆਪਣੇ ਵਿਚਾਰ ਰੱਖੇ। ਐਸੇ ਪ੍ਰੋਗਰਾਮ ਜਿੱਦਾਂ ਦਾ ਇਹ ਪ੍ਰੋਗਰਾਮ ਕੀਤਾ ਗਿਆ, ਇਹ ਬੜਾ ਤਕੜਾ ਉੱਦਮ ਹੈ ਸੰਸਥਾਵਾਂ ਦਾ ਕਿ ਜਦੋਂ ਕਿਸੇ ਲੇਖਕ ਦੀ ਕੋਈ ਵੀ ਕਿਤਾਬ ਰਿਲੀਜ਼ ਹੁੰਦੀ ਹੈ, ਲੋਕਾਰਪਣ ਕੀਤੀ ਜਾਂਦੀ ਹੈ, ਤਾਂ ਉਹਦੇ ਵਿੱਚ ਕੀ ਪਿਆ ਅਤੇ ਉਹਦੀਆਂ ਵਿਸ਼ੇਸ਼ਤਾਵਾਂ ਕੀ ਨੇ, ਉਹਦੀ ਲਿਖਣ ਸ਼ੈਲੀ ਜਿਹੜੀ ਹੈ, ਉਹਦੀ ਭਾਸ਼ਾ ਜਿਹੜੀ ਉਹਨੇ ਵਰਤੀ ਹੈ ਉਹ ਕਿਸ ਤਰ੍ਹਾਂ ਦੀ ਹੈ, ਇਹਦੇ ਲਈ ਪਾਠਕਾਂ ਨੂੰ ਤਿਆਰ ਕਰਨਾ, ਪਾਠਕਾਂ 'ਚ ਇੱਕ ਇੰਟਰਸਟ ਪੈਦਾ ਕਰਨਾ, ਤਾਂ ਕਿ ਜਿਹੜੇ ਲੋਕ ਇੱਥੇ ਸੁਣਨ ਆਏ ਨੇ, ਜਿਹੜੇ ਇਸ ਪ੍ਰੋਗਰਾਮ 'ਚ ਬੈਠੇ ਨੇ, ਉਹਨਾਂ 'ਚ ਇੱਕ ਇੰਟਰਸਟ ਪੈਦਾ ਹੋਵੇ, ਉਹਦੀ ਸਮੀਖਿਆ ਕਰਕੇ ਉਹਨੂੰ ਪੜ੍ਹ ਕੇ ਉਹਦੇ ਬਾਰੇ ਲੋਕਾਂ ਨੂੰ ਵਿਚਾਰ ਦੱਸਿਆ ਜਾਏ, ਤਾਂ ਕਿ ਲੋਕ ਉਹਨਾਂ ਕਿਤਾਬਾਂ ਨੂੰ ਪੜ੍ਹਨ, ਸਾਡਾ ਸਾਹਿਤ ਨਾਲ ਸੰਬੰਧ ਜੁੜੇ, ਲੋਕਾਂ ਦਾ ਸਾਹਿਤ ਨਾਲ ਸੰਬੰਧ ਜੁੜੇ, ਅਤੇ ਲੋਕ ਸਾਹਿਤ ਪੜ੍ਹ ਕੇ ਪੰਜਾਬੀ ਭਾਸ਼ਾ ਨਾਲ ਜੁੜਨਗੇ, ਆਪਣੇ ਵਿਰਸੇ ਨਾਲ ਜੁੜਨਗੇ। ਸੋ ਇੱਕ ਬਹੁਤ ਵੱਡਾ ਉੱਦਮ ਹੈ ਸੰਸਥਾ ਦਾ। ਸੋ ਸ਼ੁਕਰੀਆ। ਹਾਂਜੀ, ਮੇਰਾ ਨਾਂ ਰਿਸ਼ਪਾਲ ਕੌਰ ਗਿੱਲ ਆ। ਅੱਜ ਦੀ ਇਹ ਕਲਮਾਂ ਦੇ ਕਾਫਲੇ ਦੀ ਮੀਟਿੰਗ ਜਿਹੜੀ ਆ, ਮੰਥਲੀ ਮੀਟਿੰਗ ਹੁੰਦੀ ਆ ਹਰ ਮਹੀਨੇ ਦੇ ਵਿੱਚ। ਪਿਛਲੇ ਸੰਚਾਲਕ ਜਿਹੜੇ ਆ ਉਹਨਾਂ ਨੇ ਆਪਣੀਆਂ ਸੇਵਾਵਾਂ 2 ਸਾਲ ਲਈ ਪੂਰੀਆਂ ਕੀਤੀਆਂ, ਜਿਹਦੇ ਵਿੱਚ ਆਪਣੇ ਹੈਗੇ ਸੀਗੇ ਜਤਿੰਦਰ ਰੰਧਾਵਾ, ਭੁਪਿੰਦਰ ਦੁੱਲੇ ਅਤੇ ਬਲਰਾਜ ਧਾਲੀਵਾਲ। ਅਤੇ ਹੁਣ ਨਵੇਂ ਸੰਚਾਲਕਾਂ ਦੇ ਅਧੀਨ ਇਹ ਜਿਹੜੀ ਅੱਜ ਦੀ ਪਹਿਲੀ ਮੀਟਿੰਗ ਸ਼ੁਰੂ ਹੋਈ ਆ, ਜਿਹਦੇ ਵਿੱਚ ਆਪਣੇ ਕੁਲਵਿੰਦਰ ਖਹਿਰਾ, ਮੈਂ ਰਿਸ਼ਪਾਲ ਕੌਰ ਗਿੱਲ ਅਤੇ ਪਿਆਰਾ ਸਿੰਘ ਕੁਦੋਵਾਲ, ਸਾਡੇ ਅਸੀਂ ਤਿੰਨੇ ਸੰਚਾਲਕ ਜਿਹੜੇ ਆ ਰਲ ਮਿਲ ਕੇ ਜਿਹੜੇ ਆਉਣ ਵਾਲੇ ਸਮੇਂ ਦੇਖੋ ਕਿੰਨਾ ਕੁ ਚਿਰ ਮੈਂਬਰ ਚਾਹੁੰਦੇ ਆ ਅਤੇ ਅਸੀਂ ਆਪਣਾ ਕੰਮ ਕਰਾਂਗੇ। ਅਤੇ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਸਾਡੇ ਸਭ ਤੋਂ ਪਹਿਲਾਂ ਡਾਕਟਰ ਮੋਹਨਜੀਤ ਹੋਣਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਅਤੇ ਉਸ ਤੋਂ ਬਾਅਦ ਆਪਣੀ ਮਲਵਿੰਦਰ ਦੀ ਜਿਹੜੀ ਕਿਤਾਬ ਆ ਉਹਦੇ ਬਾਰੇ ਗੱਲਬਾਤ ਕੀਤੀ ਗਈ ਆ। ਜ਼ਿਕਰਯੋਗ ਹੈ ਕਿ ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਦੇ ਪੰਜਾਬੀ ਰਾਈਟਰਸ ਐਸੋਸੀਏਸ਼ਨ ਆਫ ਟੋਰਾਂਟੋ ਦੇ ਵੱਲੋਂ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਅਤੇ ਇਸ ਮਹੀਨਾਵਾਰ ਮੀਟਿੰਗ ਦੇ ਵਿੱਚ ਨਵੀਂ ਕਿਤਾਬ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ, ਨਵੀਂ ਲਿਖਤ ਰਿਲੀਜ਼ ਕੀਤੀ ਜਾਂਦੀ ਹੈ ਤੇ ਨਾਲ ਹੀ ਨਵੇਂ ਲੇਖਕਾਂ ਨੂੰ ਮੌਕੇ ਵੀ ਪ੍ਰਦਾਨ ਕੀਤੇ ਜਾਂਦੇ ਨੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।